ਗੱਡੀ ਦਾ ਟਾਇਰ ਫਟਣ ਕਾਰਨ ਅੱਗੇ ਜੋ ਟਰਾਲੀ ਟਰੈਕਟਰ ਜਾ ਰਿਹਾ ਸੀਗਾ ਉਸਦੇ ਵੀ ਜੋ ਹੈ ਟਾਇਰ ਦੇ ਵਿੱਚ ਦਿੱਕਤ ਆ ਜਾਂਦੀ ਹੈ, ਜਿਸ ਕਾਰਨ ਅੱਗੇ ਉਸਦੇ ਜਿਹੜੀ ਗੱਡੀ ਜਾ ਰਹੀ ਸੀ ਉਸਦੇ ਵਿੱਚ ਟਰੈਕਟਰ ਜਾ ਕੇ ਵੱਜ ਜਾਂਦਾ ਹੈ। ਤਾਂ ਵੱਡਾ ਭਾਣਾ ਵਾਪਰ ਚੁੱਕਿਆ ਇਸ ਸੜਕ ਦੇ ਉੱਪਰ। ਫਿਰੋਜ਼ਪੁਰ ਫਜ਼ਿਲਕਾ ਰੋਡ ਦੇ ਉੱਤੇ ਤਿੰਨ ਵਾਹਨ ਆਪਸ ਦੇ ਵਿੱਚ ਟਕਰਾ ਜਾਂਦੇ ਨੇ, ਭਿਆਨਕ ਹਾਦਸਾ ਹੁਣ ਉਹ ਟਲਿਆ ਦੱਸਿਆ ਜਾ ਰਿਹਾ। ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ, ਟਰੱਕ ਟਰੈਕਟਰ ਟਰਾਲੀ ਅਤੇ ਗੱਡੀ ਦਾ ਜੋ ਹੈ ਆਪਸ ਦੇ ਵਿੱਚ ਇਹ ਟੱਕਰ ਹੋਈ ਹੈ, ਜਿਸ ਕਾਰਨ ਜਾਨੀ ਮਾਲੀ ਨੁਕਸਾਨ। ਤੁਹਾਨੂੰ ਦੱਸਣਗੇ ਕਿ ਡਰਾਈਵਰ ਕੀ ਕਹਿਣਾ ਉਹਨਾਂ ਦਾ, ਉਹ ਦੱਸਣਗੇ ਕਿ ਨੁਕਸਾਨ ਕਿੰਨਾ ਕੁ ਹੋਇਆ ਜਾਂ ਨਹੀਂ। ਅੱਗੇ ਜਿਹੜੀ ਕਾਰ ਖੜੀ ਸੀਗੀ ਉਸ ਦੇ ਵਿੱਚ ਟਰੈਕਟਰ ਜਾ ਕੇ ਵੱਜਦਾ ਹੈ, ਇੱਕ ਗੱਡੀ ਦੇ ਟਾਇਰ ਫਟਣ ਕਾਰਨ ਦੇਖੋ ਕਿੰਨਾ ਵੱਡਾ ਹਾਦਸਾ ਵਾਪਰ ਸਕਦਾ ਸੀ। ਹੁਣ ਸੁਣ ਲੈਂਦੇ ਹਾਂ ਕਿ ਗੱਡੀ ਦੇ ਡਰਾਈਵਰ ਦਾ ਅਤੇ ਟਰਾਲੀ ਟਰੈਕਟਰ ਦੇ ਡਰਾਈਵਰ ਦਾ ਕੀ ਕੁਝ ਕਹਿਣਾ। ਸਰ ਕੀ ਮਾਮਲਾ ਸੀ? ਹਾਂਜੀ, ਕੀ ਗੱਡੀ ਜਿਹੜੀ ਵੱਜੀ ਹੈ? ਮੈਂ ਭਾਜੀ ਗੱਡੀ ਲਾਈਨ ਤੋਂ ਥੱਲੇ ਲਾ ਕੇ ਨਾ, ਤੇ ਮੈਂ ਚਲਾ ਗਿਆ ਏਟੀਐਮ 'ਚ ਪੈਸੇ ਕਢਾਉਣ। ਠੀਕ ਹੈ ਜੀ। ਉਹ ਉਹਨੇ 'ਚ ਫੋਨ ਲੈ ਲੈਣਾ ਗੱਡੀ ਮਾਰ ਕੇ। ਕਿਹੜੀ ਗੱਡੀ ਵੱਜੀ ਹੈ ਜੀ? ਟਰੈਕਟਰ ਵੱਜਿਆ ਜੀ ਨਾਲ ਟਰੱਕ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਜਾਨੀ ਨੁਕਸਾਨ ਨਹੀਂ ਹੋਇਆ ਜੀ, ਤੇ ਗੱਡੀ ਦਾ ਨੁਕਸਾਨ। ਕੀ ਨਾਮ ਹੈ ਸਰ ਆਪਣਾ ਜੀ? ਗੁਰਦੇਵ ਸਿੰਘ। ਕਿਹੜਾ ਪਿੰਡ ਆਪਣਾ ਜੀ? ਕਿੱਥੇ ਜਾ ਰਹੇ ਸੀ? ਹਾਂਜੀ ਮੈਂ ਬਠਿੰਡੇ ਜਾ ਰਿਹਾ। ਕਿੱਥੋਂ ਆਏ ਸੀ? ਇੱਥੋਂ ਪਿੰਡੋਂ ਆਇਆ ਜੀ, ਮੇਰੇ ਨਾਲ ਦੋ ਕਿਲੋਮੀਟਰ। ਕੀ ਨਾਮ ਹੈ ਬਾਈ? ਮੇਰਾ ਨਾਮ ਜਗਸੀਰ ਸਿੰਘ ਹੈ ਜੀ। ਕਿਹੜੀ ਗੱਡੀ ਚਲਾ ਰਹੇ ਸੀ ਤੁਸੀਂ? ਮੈਂ ਤਾਂ ਟਰੈਕਟਰ ਚਲਾ ਰਿਹਾ ਜੀ, ਗੱਠਾਂ ਵਾਲਾ। ਠੀਕ ਹੈ ਜੀ। ਕਿੱਥੋਂ ਆਏ ਸੀ? ਮੈਂ ਅਸੀਂ ਜਲਾਲਾਬਾਦ ਤੋਂ ਆਏ ਜੀ ਮਾਲ ਲੈ ਕੇ। ਕਿੱਥੇ ਜਾਣਾ ਸੀ? ਅਸੀਂ ਫੈਕਟਰੀ 'ਚ ਜਾਣਾ ਜੀ, ਇੱਥੇ ਹਕੂਮਤ ਵਾਲੇ। ਅਤੇ ਕਿੱਦਾਂ ਇਹ ਹੋਇਆ ਹਾਦਸਾ ਜੀ? ਦੇਖੋ ਜੀ, ਅਸੀਂ ਤਾਂ ਆਪਦੇ ਹੱਥ 'ਤੇ ਹੀ ਤੁਰੇ ਜਾਂਦੇ ਹਾਂ। ਪਿੱਛੋਂ ਗੱਡੀ ਵਾਲਾ ਆਇਆ, ਉਹਦਾ ਟਾਇਰ ਪਾਟਣ ਕਾਰਨ ਮੇਰੇ ਟਰੈਕਟਰ 'ਚ ਲੱਗਿਆ, ਖਿੱਚ ਕੇ ਲੈ ਗਿਆ ਜੀ। ਅੱਗੇ ਕਾਰ ਖੜੀ ਸੀ, ਕਾਰ 'ਚ ਮੇਰਾ ਟਰਾਲਾ ਲੱਗ ਗਿਆ ਜੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਜੀ? ਨਹੀਂ ਜੀ, ਜਾਨੀ ਨੁਕਸਾਨ ਨਹੀਂ, ਥੋੜ੍ਹਾ ਬਹੁਤਾ ਜਿਵੇਂ ਮੇਰਾ ਵੀ ਨੁਕਸਾਨ ਹੋ ਗਿਆ, ਮੇਰਾ ਅਗਲਾ ਰਿਮ ਖਰਾਬ ਹੋ ਗਿਆ, ਪਟਾਕਾ ਪੈ ਗਿਆ ਅਗਲੇ ਚੱਕੇ ਦਾ, ਅਤੇ ਉੱਧਰ ਗੱਡੀ ਦਾ ਕਾਰ ਦਾ ਨੁਕਸਾਨ ਹੋਇਆ ਜੀ, ਜਾਨ ਬਚ ਗਈ ਜੀ। ਕੋਈ ਗੱਡੀ ਵਾਲੇ ਦਾ ਨੁਕਸਾਨ ਤਾਂ ਨਹੀਂ ਹੋਇਆ ਕੋਈ? ਗੱਡੀ ਵਾਲੇ ਦਾ ਜੀ ਕੋਈ ਨੁਕਸਾਨ ਨਹੀਂ ਹੋਇਆ, ਅਤੇ ਪਰ ਉੱਪਰ ਅਟੈਕ ਕਰਨ ਲੱਗਿਆ, ਬਾਜ਼ਾਰ ਵੇਖਣਾ ਚਾਹੀਦਾ, ਇਨਸਾਨ ਨੂੰ ਵੀ ਬਾਜ਼ਾਰ ਆ ਜੀ। ਤੁਹਾਡਾ ਟਰੈਲੀ ਟਰੈਕਟਰ ਸੀ ਤਾਂ ਜੀ? ਹਾਂਜੀ, ਟਰੈਲੀ ਟਰੈਕਟਰ ਸੀ ਤੁਹਾਡਾ? ਕਿਵੇਂ ਜੀ? ਟਰੈਲੀ ਟਰੈਕਟਰ ਸੀ ਤੁਹਾਡਾ ਜੀ? ਹਾਂਜੀ ਹਾਂਜੀ, ਮੇਰਾ ਟਰੈਲੀ ਦਾ ਟਰੈਕਟਰ ਸੀ ਸਰ। ਵੀ ਇੰਨੀ ਲੋਡ ਕੀਤੀ ਹੋਈ ਹੈ ਰੋਡ 'ਤੇ, ਤੁਸੀਂ ਜਾ ਰਹੇ ਹੋ, ਕੋਈ ਹਾਦਸੇ ਦਾ ਕੋਈ ਪਤਾ ਬਾਈ? ਨਹੀਂ ਜੀ, ਵੇਖੋ ਜੀ, ਲੋਡ ਤਾਂ ਗੱਡੀ 'ਤੇ ਵੀ ਹੁੰਦਾ, ਇਹਦੇ 'ਤੇ ਵੀ ਹੁੰਦਾ, ਪਰ ਬਾਜ਼ਾਰ ਵੇਖ ਕੇ ਬੰਦਾ ਓਵਰਟੈਕ ਨਾ ਕਰੇ, ਜੇ ਕਰੇ ਤਾਂ ਆਪਦਾ ਹੌਲੀ ਕਰਕੇ ਕੰਟਰੋਲ ਕਰਕੇ ਕਰੇ ਜੀ।